ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜੀ ਦੇਸੀ ਵੀਡੀਓ ਵਲੌਗਸ, ਅਤੇ ਮੈਂ ਤੁਹਾਡਾ ਦੋਸਤ ਹੈਪੀ। ਤੁਸੀਂ ਆ ਵੀਡੀਓ ਦਾ ਟਾਈਟਲ ਪੜ੍ਹ ਕੇ ਆਏ ਹੋ, ਇੰਪੋਰਟੈਂਟ ਇਨਫੋਰਮੇਸ਼ਨ ਆ। ਜਿਹੜਾ ਨੇ ਟੂਰਿਸਟ ਵੀਜ਼ਾ ਨਿਊਜ਼ੀਲੈਂਡ ਦਾ ਲਾਇਆ, ਉਹਨਾਂ ਦਾ ਆ ਗਿਆ ਵਾ, ਉਹ ਨਿਊਜ਼ੀਲੈਂਡ ਜਾਣਾ ਚਾਹੁੰਦੇ ਆ। ਪਹਿਲੇ ਉਹਨਾਂ ਦੀ ਗੱਲ ਕਰਦੇ, ਤੁਹਾਡਾ ਟੂਰਿਸਟ ਵੀਜ਼ਾ ਆ ਗਿਆ ਵਾ, ਤੁਸੀਂ ਇੰਡੀਆ ਤੋਂ ਟਰੈਵਲ ਕਰਨਾ ਨਿਊਜ਼ੀਲੈਂਡ ਵਾਸਤੇ, ਠੀਕ ਹੈ। ਮੈਂ ਪਿੱਛੇ ਵੀਡੀਓ ਬਣਾਈ ਸੀਗੀ ਕਿ ਹਾਂ ਬਈ, ਮੈਨੂੰ ਤੁਸੀਂ ਵਟਸਐਪ ਗਰੁੱਪ ਮੇਰਾ ਵਟਸਐਪ ਨੰਬਰ ਦੇ ਕੇ ਕਿ ਹਾਂ ਬਈ ਤੁਸੀਂ ਆ ਕੇ ਉੱਥੇ ਜੁਆਇਨ ਕਰ ਲਓ, ਅਤੇ ਉੱਥੇ ਮੈਂ ਤੁਹਾਨੂੰ ਰਾਹ ਦੱਸ ਦੂੰਗਾ। ਹੁਣ ਉਹ ਚੀਜ਼ ਹਰੇਕ ਯੂਟਿਊਬਰ ਨੇ ਉੱਦਾਂ ਹੀ ਓਪਨਲੀ ਦੱਸਤੀ ਹੈ, ਅਤੇ ਕਾਫੀ ਚੈਨਲਾਂ 'ਤੇ ਤੁਹਾਨੂੰ ਮਿਲ ਜੂਗੀ, ਕੋਈ ਕੋਈ ਚੱਕਰ ਨਹੀਂ, ਠੀਕ ਆ। ਮੈਨੂੰ ਸੀਗਾ ਕਿ ਯਾਰ ਐਟਲੀਸਟ ਕਿਤੇ ਹੋਰ ਪਾਸੇ ਨਾ ਰੋਕਿਆ ਜਾਵੇ, ਪਰ ਉਹ ਚੀਜ਼ ਹੋਈ ਜੋ ਮੈਂ ਸੋਚਿਆ ਸੀ। ਮੈਂ ਉਸ ਵੀਡੀਓ ਦੇ ਵਿੱਚ ਦੱਸਿਆ ਸੀਗਾ ਤੁਸੀਂ ਮੈਨੂੰ ਕੰਟੈਕਟ ਕਰੋਗੇ, ਅਤੇ ਤੁਸੀਂ ਮੇਰੇ ਤੋਂ ਪਹੁੰਚੋਗੇ, ਅਤੇ ਫਿਰ ਮੈਂ ਤੁਹਾਨੂੰ ਰਾਹ ਦੱਸੂਗਾ ਸੌਖਾ। ਉਹ ਵੀਡੀਓ ਮੈਂ ਹੁਣ ਪਬਲਿਸ਼ ਕਰ ਦੂੰਗਾ, ਉਹ ਪਬਲਿਕ ਨਹੀਂ ਕੀਤੀ ਹੋਈ, ਹੁਣ ਪਬਲਿਕ ਕਰ ਦੂੰਗਾ ਉਹਨੂੰ। ਉਹ ਵੀਡੀਓ ਦੇ ਵਿੱਚ ਮੈਂ ਇਹੀ ਦੱਸਿਆ ਸੀਗਾ ਕਿਹੜੇ ਰਾਹ ਨੇ, ਠੀਕ ਹੈ। ਉਹ ਜਿਹਦੇ 'ਚ ਬਾਲੀ ਦਾ ਰਾਹ ਦੱਸਿਆ ਸੀਗਾ ਕਿ ਤੁਸੀਂ ਇੱਥੋਂ ਚਲ ਜਾਓ ਬਾਲੀ ਦਾ, ਕਿਉਂਕਿ ਔਨ ਅਰਾਈਵਲ ਵੀਜ਼ਾ ਵਾ ਇੰਡੀਅਨਸ ਵਾਸਤੇ, ਤੁਸੀਂ ਉੱਥੇ ਚਲ ਜਾਓਗੇ ਅਤੇ ਉੱਥੋਂ ਤੁਸੀਂ ਵੀਜ਼ਾ ਲੈ ਸਕਦੇ ਹੋ ਔਨ ਅਰਾਈਵਲ, ਅਤੇ ਉਸ ਤੋਂ ਬਾਅਦ ਅੱਗੇ ਤੁਸੀਂ ਉੱਥੋਂ ਨਿਊਜ਼ੀਲੈਂਡ ਕੈਰੀ ਔਨ ਕਰ ਸਕਦੇ। ਮਤਲਬ ਉਹ ਵੀਡੀਓ 'ਚ ਦੱਸਿਆ ਸੀ, ਅਤੇ ਥੱਲੇ ਇੱਕ ਵਟਸਐਪ ਦੇ ਗਰੁੱਪ ਦਾ ਲਿੰਕ ਵੀ ਦੇ ਦਾਂਗਾ, ਤੁਸੀਂ ਉਹ ਜੁਆਇਨ ਕਰ ਸਕਦੇ ਹੋ। ਉਹਦੇ ਕਾਫੀ ਮੁੰਡੇ ਨੇ, ਕੁੜੀਆਂ ਨੇ, ਮੁੰਡੇ ਨੇ, ਸਾਰੇ ਨੇ ਜਿਹੜੇ ਨੇ ਨਿਊਜ਼ੀਲੈਂਡ ਜਾਣਾ, ਕਾਫੀ ਨੇ, ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕਦੇ। ਕਾਫੀ ਉਹਨਾਂ 'ਚੋਂ ਜਾ ਚੁੱਕੇ ਨੇ, ਅਤੇ ਕਾਫੀ ਇੱਦਾਂ ਦੇ ਨੇ ਜਿਹਨਾਂ ਨੂੰ ਮੋੜਿਆ ਗਿਆ ਸੀਗਾ, ਠੀਕ ਆ। ਹੁਣ ਤੁਸੀਂ ਵੀਡੀਓ ਦੇਖ ਕੇ ਆਏ ਹੋ ਕਿ ਤੁਸੀਂ ਡਰ ਰਹੇ ਹੋ ਕਿ ਯਾਰ ਸਾਨੂੰ ਨਾ ਕਿਤੇ ਮੋੜ ਦੇਣ, ਠੀਕ ਆ ਵੀਰੇ। ਕੋਸ਼ਿਸ਼ ਇਹ ਕਰੋ ਕਿ ਕੋਈ ਥਰਡ ਕੰਟਰੀ ਜਾਓ, ਠੀਕ ਆ, ਫਿਰ ਉਸ ਤੋਂ ਬਾਅਦ ਉੱਥੋਂ ਨਿਊਜ਼ੀਲੈਂਡ ਨੂੰ ਟਰੈਵਲ ਕਰੋ। ਜੇ ਤੁਸੀਂ ਇੰਡੀਅਨ ਇਮੀਗ੍ਰੇਸ਼ਨ ਜਾਂ ਇੰਡੀਅਨ ਇੰਡੀਆ 'ਚੋਂ ਸ਼ਿਕਾਰ ਨਹੀਂ ਹੋਣਾ ਚਾਹੁੰਦੇ, ਮੈਂ ਇਹ ਨਹੀਂ ਕਹਿੰਦਾ ਕਿ ਇੰਡੀਆ ਵਾਲੇ ਰੋਕ ਰਹੇ ਨੇ, ਪਰ ਕਾਫੀਆਂ ਨੂੰ ਮੋੜ ਰਹੇ ਨੇ, ਦਿੱਲੀ ਤੋਂ ਖਾਸ ਕਰ ਮੋੜ ਰਹੇ ਨੇ। ਅਵੋਇਡ ਕਰੋ 2-3 ਏਅਰਲਾਈਨਸ, ਮਲੇਸ਼ੀਆ ਏਅਰਲਾਈਨਸ, ਸਿੰਗਾਪੁਰ ਏਅਰਲਾਈਨਸ, ਇਹਨਾਂ ਨੂੰ ਅਵੋਇਡ ਕਰੋ, ਠੀਕ ਹੈ। ਇਹਨਾਂ 'ਤੇ ਨਾ ਜਾਓ ਹਾਲੇ, ਠੀਕ ਆ। ਮੈਂ ਕਿਸੇ ਏਅਰਲਾਈਨਸ ਨੂੰ ਬੁਰਾ ਨਹੀਂ ਕਰਨਾ, ਪਰ ਉਹ ਸੁਣਨ 'ਚ ਆ ਰਿਹਾ ਕਿ ਇਹ ਲੋਕ ਮੋੜ ਰਹੇ ਨੇ, ਸੋ ਠੀਕ ਆ। ਤੀਜੀ ਗੱਲ ਜਿਹੜੀ ਬਹੁਤ ਜ਼ਰੂਰੀ, ਮੈਂ ਇੰਨੇ ਕੇਸ ਸੁਣ ਕੇ ਇੱਕ ਚੀਜ਼ ਕੱਢੀ ਹੈ ਕਿ ਯਾਰ ਤੁਸੀਂ ਸੰਡੇ ਦੀ ਟਿਕਟ 'ਚ ਕਰਾਇਆ ਕਰੋ, ਠੀਕ ਆ। ਤੁਹਾਡੇ ਜਿੱਥੋਂ ਵੀ ਹੋਣਾ ਤੁਸੀਂ ਸੰਡੇ ਨੂੰ ਜਾਣਾ। 3-4 ਆਪਸ਼ਨਸ ਨੇ ਆਪਣੇ ਕੋਲ ਇੱਥੋਂ ਥਰਡ ਕੰਟਰੀ ਜਾਣ ਦੇ, ਹੁਣ ਉਹਦੀ ਗੱਲ ਕਰਦੇ ਹਾਂ ਆਪਾਂ, ਠੀਕ ਆ। ਤੁਸੀਂ ਇੱਥੋਂ ਜਾਓ ਥਾਈਲੈਂਡ, ਥਾਈਲੈਂਡ ਬੈਂਕੋਕ ਚਲ ਜਾਓ, ਠੀਕ ਆ, ਕਿਉਂਕਿ ਥਾਈਲੈਂਡ ਦਿੰਦਾ ਵਾ ਇੰਡੀਅਨਸ ਨੂੰ ਔਨ ਅਰਾਈਵਲ ਵੀਜ਼ਾ। ਤੁਸੀਂ ਇੱਥੋਂ ਸਿਰਫ ਟਿਕਟ ਲੈਣੀ ਆ, ਰਿਟਰਨ ਟਿਕਟ ਤੁਹਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਕੋਸ਼ਿਸ਼ ਕਰੋ ਕਿ ਰਿਫੰਡੇਬਲ ਟਿਕਟ ਲੈ ਲਓ, ਰਿਫੰਡੇਬਲ ਟਿਕਟ ਲਓਗੇ ਤਾਂ ਤੁਹਾਨੂੰ ਸੌਖਾ ਰਹੇਗਾ ਅੱਗੇ। ਉਹ ਕਿੱਦਾਂ, ਇਹੀ ਚੀਜ਼ਾਂ ਬਾਕੀ ਕੰਟਰੀਜ਼ ਲਈ ਵੀ ਅੱਗੇ ਲਾਗੂ ਹੋਊਗੀਆਂ। ਮੈਂ ਇੱਕ ਇਗਜ਼ਾਮਪਲ ਦੇ ਕੇ ਦੱਸ ਦਿੰਦਾ, ਤੁਸੀਂ ਇੱਥੋਂ ਦਿੱਲੀ ਤੋਂ ਕਰਾਈ ਬੈਂਕੋਕ ਦੀ ਟਿਕਟ, ਠੀਕ ਆ, ਬੈਂਕੋਕ ਤੋਂ ਕਰਾ ਲਈ ਵਾਪਸੀ 5 ਜਾਂ 6 ਦਿਨਾਂ ਦੀ ਜਾਂ 7 ਦਿਨਾਂ ਬਾਅਦ, ਠੀਕ ਆ। ਇਹ ਟਿਕਟ ਲੈ ਕੇ ਚੱਲ ਗਏ ਤੁਸੀਂ ਦਿੱਲੀ, ਇਮੀਗ੍ਰੇਸ਼ਨ ਕਲੀਅਰ ਹੋ ਜਾਏਗਾ ਤੁਹਾਨੂੰ ਈਜ਼ਲੀ। ਉਹ ਪੁੱਛਣਗੇ ਕਿੱਥੇ ਚੱਲਣਾ ਜੀ, ਮੈਂ ਬੈਂਕੋਕ ਚੱਲਣਾ, ਤੁਸੀਂ ਨਾਮ ਨਹੀਂ ਲੈਣਾ ਕਿ ਤੁਸੀਂ ਨਿਊਜ਼ੀਲੈਂਡ ਜਾ ਰਹੇ ਹੋ, ਠੀਕ ਹੈ ਜੀ। ਬੈਂਕੋਕ ਪਹੁੰਚ ਕੇ ਵੀਜ਼ਾ ਔਨ ਅਰਾਈਵਲ ਲੈ ਲਿਆ, ਠੀਕ ਆ, ਕੁਝ ਪੈਸੇ ਲੱਗਦੇ ਨੇ ਉਹ ਵੀਜ਼ਾ ਔਨ ਅਰਾਈਵਲ ਦੇ, ਉਹ ਦੇ ਕੇ ਤੁਸੀਂ ਐਂਟਰ ਕਰ ਸਕਦੇ ਹੋ ਬੈਂਕੋਕ। ਹੋਟਲ ਉੱਥੇ ਬੁੱਕ ਕਰਾ ਲਓ ਆਪਣਾ, ਠੀਕ ਆ, ਔਨਲਾਈਨ ਬੁਕਿੰਗ ਕਰਾ ਕੇ ਜਾਇਓ, ਤਾਂ ਜੀ 2-3 ਦਿਨ ਜੇ ਤੁਸੀਂ ਰਹਿਣਾ ਉੱਥੇ ਤਾਂ ਰਹਿ ਸਕਦੇ ਹੋ। ਇਹ ਚੀਜ਼ ਸਾਰਾ ਕੁਝ ਪਹਿਲੇ ਕਰਨਾ, ਹੋਟਲ ਬੁਕਿੰਗ, ਸਾਰੀਆਂ ਟਿਕਟਾਂ ਪਹਿਲੇ ਕਰਕੇ ਜਾਣੀਆਂ, ਪਰ ਮੈਂ ਅਸਿਊਮ ਕਰ ਰਿਹਾ ਕਿ ਤੁਸੀਂ ਸਾਰਾ ਕੁਝ ਪਹਿਲੇ ਕਰਕੇ ਜਾਓਗੇ, ਠੀਕ ਹੈ ਜੀ। ਤੁਸੀਂ ਉਸ ਤੋਂ ਬਾਅਦ ਨਿਊਜ਼ੀਲੈਂਡ ਦੀ ਟਿਕਟ ਕਰਾਈ ਹੋਣੀ ਆ, ਜੋ ਕਿ ਹੋਣੀ ਆ ਬੈਂਕੋਕ ਤੋਂ ਨਿਊਜ਼ੀਲੈਂਡ ਦੀ, ਉੱਥੋਂ ਦੀ ਵਾਪਸੀ ਕਰਾਉਣੀ ਆ ਤੁਸੀਂ, ਭਾਵੇਂ ਇੰਡੀਆ ਦੀ ਕਰਾ ਲਓ, ਭਾਵੇਂ ਤੁਸੀਂ ਬੈਂਕੋਕ ਦੀ ਕਰਾ ਲਓ, ਉਹ ਤੁਹਾਡੇ 'ਤੇ ਆ, ਠੀਕ ਆ। ਮੈਂ ਤਾਂ ਇਹੀ ਕਹੂੰਗਾ, ਉੱਥੋਂ ਭਾਵੇਂ ਡਾਇਰੈਕਟ ਨਿਊਜ਼ੀਲੈਂਡ ਤੋਂ ਵਾਪਸੀ ਇੰਡੀਆ ਦੀ ਕਰਾ ਲਓ, 10 ਦਿਨ ਦਾ ਵਿੱਚ ਗੈਪ ਰੱਖ ਕੇ। ਉਹ ਵੀ 10 ਦਿਨ ਮੈਂ ਕਿਉਂ ਕਹਿ ਰਿਹਾ, ਕੋਈ 5 ਦਿਨ ਲੈ ਕੇ ਜਾਓ, ਕੋਈ 7 ਦਿਨ, ਉਹ ਤੁਹਾਡੀ, ਤੁਸੀਂ ਜੋ ਤੁਸੀਂ ਆਪਣੀ ਵੀਜ਼ਾ ਫਾਈਲ 'ਚ ਲਿਖਿਆ ਸੀ ਕਿ ਮੈਂ 9 ਦਿਨਾਂ ਵਾਸਤੇ ਆਈਟਨਰੀ ਦਿੱਤੀ ਸੀ, ਘੁੰਮਣਾ ਆਉਣਾ ਚਾਹੁੰਦਾ, ਉਸ ਹਿਸਾਬ ਨਾਲ ਟਿਕਟ ਕਰਾਓ, ਠੀਕ ਆ। ਜੇ ਤੁਸੀਂ ਮਲੇਸ਼ੀਆ ਏਅਰਲਾਈਨਸ ਅਤੇ ਸਿੰਗਾਪੁਰ ਏਅਰਲਾਈਨਸ ਦੀ ਟਿਕਟ ਕਰਾਈ ਆ, ਯਾਰ ਮੈਂ ਤਾਂ ਇੱਕ ਰਿਕੁਐਸਟ ਕਰੂੰਗਾ ਕਿ ਤੁਸੀਂ ਕੈਂਸਲ ਕਰ ਦਿਓ ਜੇ ਤੁਸੀਂ ਪ੍ਰੋਬਲਮ 'ਚ ਨਹੀਂ ਆਉਣਾ ਚਾਹੁੰਦੇ। ਕਈਆਂ ਨੂੰ ਉੱਥੋਂ ਮੋੜ ਦਿੱਤਾ ਜਾਂਦਾ, ਫਿਰ ਕਹਿੰਦੇ ਜੀ ਸਾਡੇ ਸਾਰੇ ਪੈਸੇ ਡੁੱਬ ਗਏ ਨੇ। ਉਹਦੇ ਨਾਲ ਬੈਟਰ ਇਹ ਹੈ ਕਿ ਹੁਣ ਕੈਂਸਲ ਕਰਕੇ ਥੋੜ੍ਹੇ ਬਹੁਤ ਘਾਟਾ ਸਹਿ ਕੇ, ਅਤੇ ਇਸ ਤਰੀਕੇ ਨਾਲ ਜਾਓ। ਬੈਂਕੋਕ ਪਹੁੰਚਦੇ ਹੋ, ਉੱਥੇ ਤੁਸੀਂ ਹੋਟਲ ਚੈੱਕ ਇਨ ਕਰ ਲੈਂਦੇ ਹੋ, ਜਾ ਕੇ ਉੱਥੋਂ ਦੀ ਤੁਸੀਂ ਦੂਜੀ ਜਿਹੜੀ ਤੁਸੀਂ ਰਿਫੰਡੇਬਲ ਟਿਕਟ ਕਰਾਈ ਸੀ ਉਹ ਕਰਾ ਦਿਓ ਕੈਂਸਲ, ਠੀਕ ਆ। ਜੇ ਉੱਥੇ ਨਹੀਂ ਕਰਾਉਣੀ ਤਾਂ ਨਿਊਜ਼ੀਲੈਂਡ ਪਹੁੰਚ ਕੇ ਕਰਾ ਦਿਓ, ਠੀਕ ਆ, ਉਹ ਤੁਹਾਡੇ 'ਤੇ ਆ। 1-2 ਦਿਨ ਰਹਿ ਕੇ ਬੈਂਕੋਕ, ਉਸ ਤੋਂ ਬਾਅਦ ਤੁਸੀਂ ਨਿਊਜ਼ੀਲੈਂਡ ਦੀ ਫਲਾਈਟ ਫੜ ਕੇ ਨਿਊਜ਼ੀਲੈਂਡ ਚਲ ਜਾਓ, ਠੀਕ ਆ। ਇੱਕ ਰਾਹ ਵਾ, ਦੂਜਾ ਹੈਗਾ ਬਾਲੀ ਤੋਂ, ਇਹ 2 ਰਾਹ ਨੇ। ਇੱਦਾਂ ਹੀ 1-2 ਕੰਟਰੀ ਹੋਰ ਹੋਊਗੀ ਤਾਂ ਤੁਸੀਂ ਉੱਥੋਂ ਵੀ ਜਾ ਜੇ ਤੁਹਾਡੇ ਕੋਲ, ਵੈਸੇ ਮੈਂ ਸਿੰਗਾਪੁਰ ਨੂੰ ਕਹਿ ਰਿਹਾ ਕਿ ਅਵੋਇਡ ਕਰੋ, ਪਰ ਜੇ ਤੁਹਾਡੇ ਕੋਲ ਸਿੰਗਾਪੁਰ ਦਾ ਵੀਜ਼ਾ ਹੈਗਾ ਤੁਸੀਂ ਉੱਥੋਂ ਵੀ ਜਾ ਸਕਦੇ ਹੋ, ਠੀਕ ਹੈ ਜੀ। ਬਾਲੀ ਦਾ ਸੀਗਾ ਮੈਂ ਦੱਸਿਆ ਹੋਇਆ ਕਿ ਤੁਸੀਂ ਵਾਇਆ ਬਾਲੀ ਜਾ ਸਕਦੇ ਹੋ, ਪਰ ਪ੍ਰੋਬਲਮ ਬਾਲੀ 'ਚ ਕੀ ਹੋਈ ਹੈ ਕਿ ਹੁਣ ਬਾਲੀ 'ਚ ਵੀ ਪੁੱਛਗਿੱਛ ਹੋਣ ਲੱਗ ਪਈ ਆ, ਤੁਹਾਨੂੰ ਟੈਲੀਫੋਨਿਕ ਇੰਟਰਵਿਊ ਦੇਣਾ ਪੈਂਦਾ ਉੱਥੇ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ। ਸੋ ਇਸੇ ਕਰਕੇ ਕਹਿੰਦਾ ਮੈਂ ਸੰਡੇ ਦੀ ਟਿਕਟ ਕਰਾਓ, ਸੰਡੇ
ਇੰਸੀਡੈਂਟ ਜੇ ਬੈਠਾ ਵੀ ਹੁੰਦਾ ਤਾਂ ਮਤਲਬ ਇੰਟਰਵਿਊ ਨਹੀਂ ਹੁੰਦਾ ਹਾਲੇ ਤੱਕ ਜਿੰਨੇ ਕੇਸਿਸ ਮੇਰੇ ਤੋਂ ਆਏ ਆ ਉਹਨਾਂ ਦਾ ਜਿਹੜੇ ਸੰਡੇ ਨੂੰ ਗਏ ਆ ਉਹਨਾਂ ਦਾ ਇੰਟਰਵਿਊ ਨਹੀਂ ਹੋਇਆ ਠੀਕ ਆ ਸੋ ਬੈਟਰ ਇਹ ਹੈ ਕਿ ਐਟਲੀਸਟ ਨਿਊਜ਼ੀਲੈਂਡ ਪਹੁੰਚ ਕੇ ਤੁਹਾਨੂੰ ਸਵਾਲ ਪੁੱਛਣ ਉੱਥੋਂ ਮੋੜਨ ਉਹ ਅਲੱਗ ਗੱਲ ਆ ਪਰ ਰਾਹ 'ਚੋਂ ਨਾ ਕੋਈ ਮੋੜ ਦੇ ਇਹ ਆ ਦੂਜੀ ਗੱਲ ਬਾਈ ਦੋ ਤਿੰਨ ਗਏ ਸੀਗੇ ਬਾਲੀ ਉਹਦੇ ਵਿੱਚੋਂ ਇੱਕ ਬਾਈ ਨਾਲ ਤਾਂ ਪਹੁੰਚ ਗਿਆ ਵਾ ਨਿਊਜ਼ੀਲੈਂਡ ਉਹ ਪਰ ਉਹਨੂੰ ਬਾਲੀ ਜਦੋਂ ਗਿਆ ਏਅਰਪੋਰਟ 'ਤੇ ਉਹਨਾਂ ਨੂੰ ਬਿਠਾ ਲਿਆ ਕਹਿੰਦੇ ਜੀ ਟੈਲੀਫੋਨਿਕ ਇੰਟਰਵਿਊ ਹੋਊਗਾ ਟੈਲੀਫੋਨਿਕ ਇੰਟਰਵਿਊ 'ਚ ਜੋ ਸਾਰਾ ਕੁਛ ਉਹਨੇ ਪ੍ਰੋਫਾਈਲ 'ਚ ਲਿਖਿਆ ਇਕੱਲੀ ਇਕੱਲੀ ਚੀਜ਼ ਉਹਦੇ ਤੋਂ ਪੁੱਛੀ ਗਈ ਆ ਠੀਕ ਆ ਜੀ ਇੰਗਲਿਸ਼ ਆਉਂਦੀ ਸੀ ਉਹਨੂੰ ਬਾਈ ਨੂੰ ਪਰ ਜਦੋਂ ਨਿਊਜ਼ੀਲੈਂਡ ਵਾਲੀ ਨਾਲ ਗੱਲ ਕਰਦੇ ਉਹਨੂੰ ਸਮਝ ਨਹੀਂ ਆ ਰਹੀ ਸੀਗੀ ਇੱਕ ਰੌਲਾ ਕਹਿੰਦਾ ਬਹੁਤ ਸੀਗਾ ਪਿੱਛੇ ਏਅਰਪੋਰਟ 'ਤੇ ਦੂਜਾ ਸਮਝ ਨਹੀਂ ਆ ਰਿਹਾ ਸੀ ਫਿਰ ਉਹਨੇ ਦੱਸਿਆ ਕਿ ਹਾਂ ਵੀ ਮੈਨੂੰ ਸਮਝ ਨਹੀਂ ਆ ਰਹੀ ਪ੍ਰੋਪਰ ਅਤੇ ਉਹਨਾਂ ਨੇ ਪੰਜਾਬੀ ਟਰਾਂਸਲੇਟਰ ਦੇ ਦਿੱਤਾ ਇਹਦੀ ਰਿਕੁਐਸਟ 'ਤੇ ਠੀਕ ਆ ਸੋ ਪੰਜਾਬੀ ਬੰਦਾ ਤੁਹਾਡੇ ਤੋਂ ਮਿਲ ਜਾਂਦਾ ਤਾਂ ਉੱਥੇ ਪੰਜਾਬੀ ਫੋਨ 'ਤੇ ਗੱਲ ਕਰ ਸਕਦਾ ਤੁਹਾਡੇ ਨਾਲ ਪਰ ਗੱਲ ਇਹ ਨਹੀਂ ਹੈ ਕਿ ਤੁਸੀਂ ਜੇਕਰ ਪੰਜਾਬੀ ਮਿਲ ਗਿਆ ਅਤੇ ਤੁਸੀਂ ਆਰਾਮ ਨਾਲ ਕੈਜੂਅਲ ਹੋ ਜਾਣਾ ਜਵਾਬ ਉਹਨੂੰ ਵੀ ਸਾਰੇ ਸਹੀ ਦੇਣੇ ਪੈਣੇ ਆ ਜੋ ਤੁਸੀਂ ਪ੍ਰੋਫਾਈਲ 'ਚ ਲਿਖਿਆ ਸਾਰੇ ਅਕੋਰਡਿੰਗਲੀ ਉਹਦੇ ਹੀ ਜਵਾਬ ਦੇਣਾ ਕਿਹੜੇ ਕੁਐਸਚਨ ਸੀਗੇ ਵਟਸਐਪ ਗਰੁੱਪ ਹੈਗਾ ਥੱਲੇ ਉੱਥੇ ਆ ਜਾਓ ਉੱਥੇ ਸਾਰੇ ਕੁਐਸਚਨਸ ਮਿਲ ਜਾਣਗੇ ਠੀਕ ਆ ਉੱਦਾਂ ਮੋਟੇ ਮੋਟੇ ਇਹੀ ਹੁੰਦੇ ਆ ਕਿ ਹਾਂ ਬਈ ਕਿੰਨੇ ਦਿਨਾਂ ਲਈ ਹੋ ਕੀ ਕਰਨੇ ਹੋ ਕੋਈ ਤੁਹਾਡਾ ਵੀਜ਼ਾ ਪੁਰਾਣਾ ਰਿਫਿਊਜ਼ ਤਾਂ ਨਹੀਂ ਹੋਇਆ ਹੈਗਾ ਕਿਸੇ ਹੋਰ ਕੰਟਰੀ ਦਾ ਠੀਕ ਆ ਪੁਰਾਣਾ ਵੀਜ਼ਾ ਰਿਫਿਊਜ਼ਲ ਦੀ ਗੱਲ ਕਰਾਂ ਜਿੱਥੇ ਤੱਕ ਮੇਰੀ ਨੌਲੇਜ ਹੈ ਮਾਇੰਡ ਯੂ ਮੇਰੀ ਨੌਲੇਜ ਪੰਜ ਕੰਟਰੀਜ਼ ਜਿਹੜੀਆਂ ਬੇਸਿਕਲੀ ਆ ਇਹ ਆਪਸ 'ਚ ਸਾਰਾ ਰਿਕਾਰਡ ਸ਼ੇਅਰ ਕਰਦੀਆਂ ਜਿਹਦੇ ਵਿੱਚ ਹੈਗਾ ਆਸਟ੍ਰੇਲੀਆ ਕੈਨੇਡਾ ਯੂ ਐੱਸ ਯੂ ਕੇ ਅਤੇ ਨਿਊਜ਼ੀਲੈਂਡ ਠੀਕ ਆ ਸ਼ੈਨੀਗਨ ਨਹੀਂ ਕਰਦੀ ਇਹ ਮੇਰੀ ਇਨਫੋਰਮੇਸ਼ਨ ਮੇ ਬੀ ਮੈਂ ਗਲਤ ਹੋਵਾਂ ਜੇ ਕਿ ਕੋਈ ਬਾਈ ਦਾ ਇਸ ਚੀਜ਼ ਕਰਕੇ ਰਿਫਿਊ ਵਾਪਸ ਮੋੜ ਦਿੱਤਾ ਗਿਆ ਵਾ ਕਿ ਹਾਂ ਵੀ ਤੂੰ ਸ਼ੈਨੀਗਨ ਦਾ ਓਨ ਨਹੀਂ ਸ਼ੈਨੀਗਨ ਦਾ ਦੱਸਿਆ ਨਹੀਂ ਸੀਗਾ ਕਿ ਤੇਰਾ ਰਿਫਿਊਜ਼ਲ ਆ ਅਤੇ ਉਹ ਪਲੀਜ਼ ਮੈਨੂੰ ਥੱਲੇ ਦੱਸ ਦਿਓ ਜਾਂ ਮੈਨੂੰ ਪਰਸਨਲ ਮੈਸੇਜ ਕਰ ਲਿਓ ਵਟਸਐਪ 'ਤੇ ਵਟ ਐਵਰ ਤੁਹਾਨੂੰ ਸੌਖਾ ਲੱਗਦਾ ਪਰ ਹਾਲੇ ਤੱਕ ਇੱਦਾਂ ਦਾ ਕੋਈ ਨਹੀਂ ਆ ਮੈਨੂੰ ਕਿਉਂਕਿ ਇਹ ਤਾਂ ਪਤਾ ਮੈਨੂੰ ਆਹ ਪੰਜ ਕੰਟਰੀਜ਼ ਨਿਊਜ਼ੀਲੈਂਡ ਮਿਲਾ ਕੇ ਕਿਉਂਕਿ ਇਹਨਾਂ ਦੀ ਇੱਕ ਐਗਰੀਮੈਂਟ ਹੈਗੀ ਆ ਉਹ ਔਨਲਾਈਨ ਹੈਗੀ ਸੋ ਉੱਥੋਂ ਮੈਂ ਪੜ੍ਹ ਕੇ ਦੱਸ ਰਿਹਾ ਤੁਹਾਨੂੰ ਠੀਕ ਹੈ ਜੀ ਅਤੇ ਉਹ ਮੁੰਡੇ ਤੋਂ ਇੰਨੇ ਕੁ ਸਵਾਲ ਪੁੱਛੇ ਕਿੱਥੇ ਜਾਣਾ ਕਿੰਨੇ ਦਿਨ ਲਈ ਜਾਣਾ ਉੱਥੋਂ ਕਿੱਦਾਂ ਜਾਏਗਾ ਤੂੰ ਅੱਗੇ ਅਗਲੀ ਸਿਟੀ 'ਚ ਕਿੱਦਾਂ ਜਾਏਗਾ ਟੈਕਸੀ ਕਰਕੇ ਜਾਏਗਾ ਇਹਨੇ ਕਹਿਤਾ ਜਾਏ ਬਾਈ ਟਿਕਟ ਟਿਕਟ ਕਿਉਂ ਨਹੀਂ ਕਰਾਈ ਤੂੰ ਜੇ ਕਹਿਤਾ ਤੁਸੀਂ ਪਲੇਨ ਨੂੰ ਕਹਿਣਾ ਟਿਕਟ ਦਿਖਾਓ ਕਿ ਉੱਥੇ ਜਾ ਕੇ ਕਰਾਊਂਗਾ ਹਾਲੇ ਨਹੀਂ ਕਰਾਈ ਮੈਂ ਕਿ ਮੇਰਾ ਮੇ ਵੀ ਪਲੈਨ ਚੇਂਜ ਹੋ ਜਾਵੇ ਠੀਕ ਹੈ ਕੋਈ ਵੀਜ਼ਾ ਤਾਂ ਨਹੀਂ ਕੈਂਸਲ ਉਹ ਦੱਸ ਦੂੰਗੇ ਜੇ ਤੁਸੀਂ ਤਾਂ ਚੰਗੀ ਗੱਲ ਹੈ ਜੇ ਆਸਟ੍ਰੇਲੀਆ ਯੂਕੇ ਜਾਂ ਕੈਨੇਡਾ ਯੂ ਐੱਸ ਇਹਨਾਂ 'ਚ ਕੋਈ ਰਿਫਿਊਜ਼ਲ ਹੈਗੀ ਤਾਂ ਦੱਸ ਦਿਓ ਚੰਗੀ ਗੱਲ ਹੈ ਈਵਨ ਤੁਸੀਂ ਫਾਈਲ 'ਚ ਵੀ ਉਹ ਦੱਸੀ ਹੋਣੀ ਚਾਹੀਦੀ ਮੈਂ ਤਾਂ ਇਹੀ ਚਾਹੁੰਦਾ ਠੀਕ ਹੈ ਜੀ ਅਤੇ ਮੈਂ ਤਾਂ ਸਿਰਫ ਇਹੀ ਕਹੂੰਗਾ ਕਿ ਸਭ ਕੁਝ ਸੱਚ ਸੱਚ ਦੱਸ ਦੂੰਗਾ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਸੱਚ ਬੰਦਾ ਇੱਕ ਵਾਰੀ ਬੋਲ ਕੇ ਛੱਡ ਦੇ ਤਾਂ ਕੋਈ ਚੱਕਰ ਨਹੀਂ ਹੁੰਦਾ ਝੂਠ ਬੋਲੇਗਾ ਤਾਂ ਕਿੰਨੇ ਪਰਦੇ ਪਾਉਣੇ ਪੈਂਦੇ ਆ ਇੱਕ ਝੂਠ ਨੂੰ ਸਹੀ ਕਰਾਉਣ ਵਾਸਤੇ ਸਮਝਿਆ ਬਾਕੀ ਜਿਹੜਾ ਕੋਈ ਕੰਮ ਲਈ ਚੱਲਣਾ ਕਿ ਹਾਂ ਬਈ ਮੈਂ ਟੂਰਿਸਟ ਵੀਜ਼ਾ ਜਾ ਕੇ ਉੱਥੇ ਨਿਊਜ਼ੀਲੈਂਡ ਜਾ ਕੇ ਕੰਮ ਕਰਨਾ ਬਾਈ ਮੈਂ ਇਹ ਕਹੂੰਗਾ ਹਾਲੇ ਨਾ ਜਾਓ ਕੋਈ ਫਾਇਦਾ ਨਹੀਂ ਹੈ ਇਹ ਕੰਮ ਨਾ ਸੋਚੋ ਤੁਸੀਂ ਇੱਥੋਂ 2-3 ਲੱਖ ਰੁਪਈਆ ਮਿਨੀਮਮ ਪੱਟ ਕੇ ਜਾ ਰਹੇ ਇਨਕਲੂਡਿੰਗ ਟਿਕਟ ਹੋਟਲ ਬੁਕਿੰਗ ਇਹ ਉਹ ਉੱਥੇ ਜਾ ਕੇ ਕੰਮ ਨਹੀਂ ਮਿਲਦਾ ਫਿਰ ਉੱਥੇ ਨਿਰਾਸ਼ ਹੋ ਕੇ ਬਹਿੰਦੇ ਹੋ ਠੀਕ ਆ ਮੈਂ ਇਹ ਕਦੀ ਨਹੀਂ ਰਿਕਮੈਂਡ ਕਰੂੰਗਾ ਕਿ ਤੁਸੀਂ ਟੂਰਿਸਟ ਵੀਜ਼ਾ ਲੈ ਕੇ ਉੱਥੇ ਕੰਮ ਲੱਭੋ ਜਾ ਕੇ ਨਾ ਵੀਰੇ ਇਹ ਕੰਮ ਨਾ ਕਰੋ ਠੀਕ ਆ ਮੈਨੂੰ ਪਤਾ ਮਜਬੂਰੀਆਂ ਸਾਰਿਆਂ ਦੀਆਂ ਹੁੰਦੀਆਂ ਘਰਾਂ ਦੇ ਵਿੱਚ ਪਰ ਕੁਛ ਲੀਗਲ ਤਰੀਕੇ ਹੈਗੇ ਨੇ ਤੁਸੀਂ ਯਾਰ ਵਰਕ ਪਰਮਿਟ ਲੈ ਕੇ ਚਲ ਜਾਓ ਕੋਈ ਚੱਕਰ ਨਹੀਂ ਉੱਥੇ ਜਾ ਕੇ ਤੁਸੀਂ ਵਰਕ ਪਰਮਿਟ 'ਚ ਵੀ ਅਪਲਾਈ ਕਰ ਸਕਦੇ ਹੋ ਪਰ ਗੱਲ ਇਹ ਹੈ ਕਿ ਅਗਰ ਤੁਸੀਂ ਇੱਥੋਂ ਟੂਰਿਸਟ ਵੀਜ਼ਾ 'ਤੇ ਜਾਂਦੇ ਹੋ ਤਾਂ ਉੱਥੇ ਜਾ ਕੇ ਕੈਸ਼ ਕੰਮ ਕਰਦੇ ਹੋ ਯਾਰ ਉਹ ਤੁਸੀਂ ਸਰਾਸਰ ਹੀ ਲੀਗਲੀ ਗਲਤ ਆ ਇਹ ਕੰਮ ਨਾ ਕਰੋ ਠੀਕ ਹੈ ਪਲੀਜ਼ ਆਪਣੇ ਵੀਜ਼ੇ ਟ੍ਰਾਂਸਫਰ ਕਰਾ ਲਓ ਤਾਂ ਫਿਰ ਜੋ ਮਰਜ਼ੀ ਕਰੋ ਠੀਕ ਹੈ ਜੇ ਕੋਈ ਬਾਈ ਨੂੰ ਮੇਰੀ ਇਸ ਗੱਲ 'ਤੇ ਗੁੱਸਾ ਲੱਗ ਰਿਹਾ ਵਾ ਬਾਈ ਗੁੱਸੇ ਹੋ ਜਾਓ ਪਰ ਸੱਚ ਤਾਂ ਸੱਚ ਆ ਜੇ ਮੈਨੂੰ ਪਤਾ ਤੁਸੀਂ ਕਈ ਫੈਮਲੀਆਂ 'ਚ ਪ੍ਰੋਬਲਮ ਆ 'ਚ ਹੋਊਂਗੇ ਆਪਣਾ ਫਿਊਚਰ ਸਿਕਿਓਰ ਕਰਨਾ ਚਾਹੁੰਦੇ ਪਰ ਇਹ ਸਹੀ ਵੇ ਨਹੀਂ ਹੈਗਾ ਕਿ ਤੁਸੀਂ ਟੂਰਿਸਟ ਵੀਜ਼ੇ 'ਤੇ ਜਾ ਕੇ ਉੱਥੇ ਕੰਮ ਲੱਭੋ ਕੈਸ਼ 'ਚ ਕੰਮ ਕਰੋ ਇਹ ਕੰਮ ਗਲਤ ਆ ਇੱਦਾਂ ਨਾ ਕਰੋ ਠੀਕ ਹੈ ਜੀ ਸਹੀ ਤਰੀਕੇ ਨਾਲ ਕਰੋ ਮੈਂ ਵੀ ਕਹੂੰਗਾ ਕਿ ਯਾਰ ਵਧੀਆ ਗੱਲ ਉੱਥੇ ਜਾ ਕੇ ਤੁਸੀਂ ਵਰਕ ਪਰਮਿਟ ਲੈ ਲਿਆ ਵਰਕ ਪਰਮਿਟ ਲੈ ਕੇ ਕੰਮ ਕਰ ਰਹੇ ਹੋ ਯਾਰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਜੀ ਪਰ ਇਹਦੇ ਕਰਕੇ ਕੀ ਹੁੰਦਾ ਵਾ ਕਿ ਜਦੋਂ ਤੁਸੀਂ ਇੱਦਾਂ ਕੈਸ਼ 'ਤੇ ਕੰਮ ਕਰਦੇ ਹੋ ਜਾਂ ਕੁਛ ਕਰਦੇ ਹੋ ਇਮੀਗ੍ਰੇਸ਼ਨ ਉੱਥੇ ਨੂੰ ਤਾਂਹੀਓ ਸਾਨੂੰ ਇੰਨਾ ਰੋਕ ਰਹੀ ਹੈ ਤਾਂਹੀਓ ਸਾਨੂੰ ਇੰਨੇ ਇੰਡੀਅਨਸ ਨੂੰ ਸਵਾਲ ਪੁੱਛ ਰਹੀ ਹੈ ਤੁਸੀਂ ਇਹ ਸੋਚੋ ਜਿਹੜਾ ਇੱਕ ਜੈਨੂਇਨ ਟਰੈਵਲਰ ਸੀ ਜਿਹੜਾ ਸਿਰਫ ਘੁੰਮ ਕੇ ਆਉਣਾ ਚਾਹੁੰਦਾ ਉਹਦੇ ਲਈ ਵੀ ਸੇਮ ਚੀਜ਼ ਹੋ ਗਈ ਸੋ ਇਸ ਕਰਕੇ ਮੈਂ ਕਹਿੰਦਾ ਕਿ ਇਹ ਚੀਜ਼ ਨਾ ਕਰੋ ਅਤੇ ਹਾਲੇ ਵੈਸੇ ਵੀ ਕੋਈ ਕੰਮ ਨਹੀਂ ਹੈਗਾ ਜੇ ਤੁਸੀਂ ਇਹ ਸੋਚ ਰਹੇ ਕਿ ਯਾਰ ਉੱਥੇ ਜਾ ਕੇ ਮੈਂ ਪੈਸੇ ਕਮਾ ਲੂੰਗਾ ਚਾਰ ਨਾ ਬਈ ਆ ਗਰੁੱਪ 'ਚ ਕਿੰਨੇ ਮੁੰਡੇ ਨੇ ਹਾਲੇ ਤੱਕ ਕਿਸੇ ਨੂੰ ਕੰਮ ਨਹੀਂ ਮਿਲਿਆ ਠੀਕ ਹੈ ਜੇ ਤੁਹਾਡੀ ਉੱਥੇ ਕੋਈ ਪੁੱਛਗਿੱਛ ਹੈਗੀ ਹੈ ਤੁਹਾਨੂੰ ਕੋਈ ਜਾਣਦਾ ਵਾ ਫਿਰ ਅੱਡ ਗੱਲ ਆ ਅਦਰਵਾਈਜ਼ ਨਹੀਂ ਠੀਕ ਹੈ ਜੀ ਸੋ ਇਹ ਸੀਗੀ ਵੀਡੀਓ ਥੱਲੇ ਵਟਸਐਪ ਗਰੁੱਪ ਹੈਗਾ ਤੁਸੀਂ ਉੱਥੇ ਜਾ ਕੇ ਜੁਆਇਨ ਕਰ ਸਕਦੇ ਹੋ ਲਿੰਕ ਮੈਂ ਥੱਲੇ ਦਿੱਤਾ ਹੋਇਆ ਉਮੀਦ ਹੈ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੀ ਹੋਊਗੀ ਸਿੱਧੀ ਸਿੱਧੀ ਗੱਲ ਕੀਤੀ ਆ ਕੋਈ ਘੁਮਾਇਆ ਨਹੀਂ ਆ ਹਾਂ ਇੱਕ ਚੀਜ਼ ਹੋਰ ਯਾਰ ਕਈ ਬੰਦੇ ਕਹਿੰਦੇ ਜੀ 3 ਲੱਖ ਦੇ ਦਿਓ 4 ਲੱਖ ਦੇ ਦਿਓ ਵਰਕ ਪਰਮਿਟ ਲੈ ਲਓ
ठीक है, कई यूट्यूबर बहुत तगड़े ने, ठीक है, तो गल्लां च कर कह देंगे ने, आ भी हो जाता पर वो बाद च लुटते हैं, ठीक है। सो ध्यान रखो उस चीज़ का, ठीक है। मैं किसी यूट्यूबर नहीं माड़ा करना, पर जेड़े ये गलत काम करते हैं, लोग भोले भाले लोगों लुटते हैं, वो माड़े ने भाई, वो तो माड़े ही रहेंगे। चलो ठीक है, मिलते फिर आप अगली वीडियो जी। हैव गुड डे।